ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਰਾਮਾ ਮੰਡੀ ਪੁੱਲ ਹੇਠਾਂ ਸਾਈਂ ਬੈਗ ਹਾਊਸ ਦੇ ਨਾਮ ਨਾਲ ਦੁਕਾਨ ਚਲਾਉਣ ਵਾਲੇ ਕੁਲਵੰਤ ਰਾਏ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਨੰਦਰ ਸ਼ਰਮਾ ਨੇ ਆਪਣੀ ਹੀ ਦੁਕਾਨ ਵਿੱਚ ਫਾਹ ਲੈ ਲਿਆ। ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਸਦਾ ਪੁੱਤਰ ਰਾਜੇਸ਼ ਕੁਮਾਰ ਘਰੋਂ ਖਾਣਾ ਖਾ ਕੇ ਵਾਪਸ ਦੁਕਾਨ ਤੇ ਆਇਆ। ਪਿਤਾ ਦੀ ਲਾਸ਼ ਨੂੰ ਛੱਤ ਤੋਂ ਉਤਾਰ ਕੇ ਉਹ ਰਾਮਾ ਮੰਡੀ ਦੇ ਜੋਹਲ ਹਸਪਤਾਲ ਵਿੱਚ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਰੈਸ਼ਨ 'ਚ ਸੀਗੇ, ਉਹਨਾਂ ਨੇ ਪੈਸੇ ਫੜੇ ਸੀ ਕੁਝ ਸਮੇਂ ਪਹਿਲਾਂ ਜਿਹੜੇ ਕਿ ਉਹ ਮੋੜ ਵੀ ਰਹੇ ਸੀਗੇ, ਉਹਦੇ ਬਾਵਜੂਦ ਵੀ ਉਹ ਫਾਈਨੈਂਸਰ ਨੂੰ ਤੰਗ ਕਰਦਾ ਸੀਗਾ। ਫਾਈਨੈਂਸਰ ਦਾ ਨਾਮ ਕੀ ਸੀਗਾ? ਉਹਦਾ ਨਾਮ ਕਿੱਕੀ ਕਹਿੰਦੇ ਆ, ਕਿੱਕੀ ਮਾਹੀ ਕਹਿੰਦੇ, ਕੁਛ ਇੱਦਾਂ ਨਾਮ ਕਹਿੰਦੇ ਆ। ਅੱਛਾ ਜੀ। ਤੇ ਉਹ ਇਹਨਾਂ ਨੂੰ ਪੈਸੇ ਵੀ ਨਾ ਕੋਈ ਲੈ ਰਿਹਾ ਸੀ, ਵਿਆਜ ਵੀ ਲੈ ਰਿਹਾ ਸੀਗਾ, ਉਲਟਾ ਇਹਨਾਂ ਨੂੰ ਗਾਲੀ ਗਲੋਚ ਕਰਦਾ ਸੀਗਾ, ਇਹਨਾਂ ਨੂੰ ਧਮਕੀਆਂ ਦਿੰਦਾ ਸੀ, ਮੈਂ ਤੈਨੂੰ ਮਰਵਾ ਦੂੰਗਾ, ਮੇਰੇ ਪੈਸੇ ਮੋੜੋ, ਹੋਰ ਪੈਸੇ ਮੋੜੋ, ਵਿਆਜ ਮੈਨੂੰ ਹੋਰ ਦਿਓ। ਇਹਨਾਂ ਨੂੰ ਡਰਾ ਕੇ ਇੱਕ ਵਾਰੀ ਇਹਨਾਂ ਦੀ ਦੁਕਾਨ ਨੂੰ ਜਿੰਦਾ ਵੀ ਲਾ ਕੇ ਗਿਆ ਉਹ, ਇਹਨਾਂ ਦੇ ਘਰ ਤੋਂ ਵੀ ਇਹਨਾਂ ਨੂੰ ਕੱਢਣ ਲਈ ਕੋਸ਼ਿਸ਼ ਕਰ ਰਿਹਾ ਸੀਗਾ। ਉਹਨਾਂ ਦੇ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਵਿੱਚ ਉਹਨਾਂ ਨੇ ਉਹਦੀ ਪਤਨੀ ਦਾ ਤੇ ਉਹਦੀ ਬੇਟੀ ਦਾ ਜ਼ਿਕਰ ਕੀਤਾ ਜਿਹੜੇ ਫਾਈਨੈਂਸਰ ਤੋਂ ਪੈਸੇ ਲਏ ਸੀ। ਧਮਕੀਆਂ ਦਿੰਦੇ ਰਹੇ, ਟੈਲੀਫੋਨ ਤੇ ਵੀ ਧਮਕੀਆਂ ਦਿੰਦੇ ਰਹੇ, ਗਾਲਾਂ ਗਲੋਚ ਕੇ ਉਹਨਾਂ ਦੀ ਡਿਟੇਲ ਤੁਸੀਂ ਘਟਾ ਕੇ ਦੇ ਸਕਦੇ ਹੋ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।